ਅਰਦਾਸ ਕਰਦੇ ਸਮੇਂ ਜਦੋਂ ਆਰਿਆਂ ਨਾਲ ਚਿਰਾਈ ਗਏ ਸ਼ਬਦ ਉਚਾਰਿਆ ਜਾਂਦਾ ਹੈ ਤਾਂ ਇਹ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਅੱਜ ਗੱਲ ਕਰਾਂਗੇ ਭਾਈ ਮਤੀ ਦਾਸ ਜੀ ਦੇ ਬਾਰੇ ਭਾਈ ਮਤੀ ਦਾਸ ਜੀ ਦਾ ਜਨਮ ਪਿੰਡ ਕਰੇਆਲਾ ਛੇਲਮ ਪੰਜਾਬ ਪਾਕਿਸਤਾਨ ਪਿਤਾ ਭਾਈ ਪ੍ਰਾਗਾ ਦੇ ਘਰ ਹੋਇਆ ਦਾਦੇ ਦਾ ਨਾਮ ਆਤਮਾ ਗੋਤਮ ਦਾਸ ਸੀ ਜੋ ਕਿ ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ ਭਾਈ ਮਤੀ ਦਾਸ ਜੀ ਜਾਤ ਦੇ ਬ੍ਰਾਹਮਣ ਸਨ ਭਾਈ ਮਤੀ ਦਾਸ ਦੇ ਪਿਤਾ ਭਾਈ ਪ੍ਰਾਗਾ ਜੀ ਦਲੇਰ ਤੇ ਪਹਿਲਵਾਨ ਸੀ ਸਾਰੇ ਇਲਾਕੇ ਵਿੱਚ ਕੋਈ ਨਾ ਦਾ ਮੁਕਾਬਲਾ ਨਹੀਂ ਸੀ ਕਰ ਸਕਦਾ ਜਦੋਂ ਗੁਰੂ ਹਰਗੋਬਿੰਦ ਸਿੰਘ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਫੌਜ ਰੱਖਣ ਦਾ ਐਲਾਨ ਕੀਤਾ ਤਾਂ ਭਾਈ ਪ੍ਰਾਗਾ ਜੀ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋ ਗਏ ਗੁਰੂ ਸਾਹਿਬ ਜਵਾਨ ਦਲੇਰ ਤੇ ਨੇਕ ਪਿਤਾ ਦੇ ਪੁੱਤਰ ਦੇਖ ਕੇ ਖੁਸ਼ ਹੋਏ ਤੇ ਉਹਦੇ ਵੱਜੋਂ ਮੁਖੀ ਨਿਯੁਕਤ ਕਰ ਦਿੱਤਾ ਗਿਆ। ਭਾਈ ਮਤੀ ਦਾਸ ਜੀ ਮੁੱਢ ਤੋਂ ਹੀ ਬੜੇ ਸ਼ਰਧਾਲੂ ਤੇ ਨਾਮ ਰਸੀਏ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲੇ ਆਏ, ਗੁਰਗੱਦੀ ਸੰਭਾਲੀ ਤੇ ਸਿੱਖ ਸੰਗਤਾਂ ਉਹਨਾਂ ਦੇ ਦਰਸ਼ਨ ਨੂੰ ਆਈਆਂ ਤੇ ਉਹਨਾਂ ਨਾਲ ਭਾਈ ਮਤੀ ਦਾਸ ਜੀ ਵੀ ਸਨ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਭਾਈ ਮਤੀ ਦਾਸ ਨੂੰ ਆਤਮਿਕ ਤੇ ਮਾਨਸਿਕ ਸ਼ਾਂਤੀ ਪ੍ਰਾਪਤ ਹੋਈ। ਭਾਈ ਸਾਹਿਬ ਨੇ ਗੁਰੂ ਸਾਹਿਬ ਨਾਲ ਰਹਿ ਕੇ ਆਪਣੇ ਜੀਵਨ ਦੇ ਕਲਿਆਣ ਬਾਰੇ ਧਾਰ ਲਿਆ। ਗੁਰੂ ਸਾਹਿਬ ਦੇ ਨਜ਼ਦੀਕੀ ਹੋਣ ਕਾਰਨ ਆਪ ਜੀ ਨੂੰ ਗੁਰੂ ਜੀ ਦਾ ਵਾਡ ਬਣਾ ਦਿੱਤਾ ਗਿਆ ਭਾਈ ਮਤੀ ਦਾਸ ਜੀ ਦਿਮਾਗੀ ਤੇ ਸਰੀਰਿਕ ਬਲ ਦੇ ਲਾਸਾਨੀ ਸਨ ਜਦੋਂ ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਨੂੰ ਔਰੰਗਜ਼ੇਬ ਦੇ ਬਾਰੇ ਜ਼ਬਰੀ ਤਰੰਗ ਬਦਲਣ ਬਾਰੇ ਦੱਸਿਆ ਤਾਂ ਗੁਰੂ ਤੇਗ ਬਹਾਦਰ ਜੀ ਨੇ ਇਸ ਜ਼ੁਲਮ ਨੂੰ ਰੋਕਣ ਲਈ ਆਪਣਾ ਬਲੀਦਾਨ ਦੇਣ ਦਾ ਫੈਸਲਾ ਕੀਤਾ ਪੰਜ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਜੀ ਆਗਰੇ ਪਹੁੰਚ ਗਏ ਉਹ ਪੰਜ ਸਿੱਖ ਸਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇ ਅੱਲਾ ਜੀ ਭਾਈ ਗੁਰਦਿੱਤਾ ਜੀ ਤੇ ਭਾਈ ਉੱਧਾ ਜੀ ਗੁਰੂ ਸਾਹਿਬ ਨੂੰ ਤੇ ਪੰਜਾ ਸਿੱਖਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਗੁਰੂ ਸਾਹਿਬ ਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ਪਿੰਜਰੇ ਵਿੱਚ ਆਰਾਮ ਕਰਨਾ ਜਾਂ ਤੁਰਨਾ ਫਿਰਨਾ ਸੰਭਵ ਸੀ ਭਾਈ ਮਤੀਦਾਸ ਜੀ ਨੇ ਗੁਰੂ ਜੀ ਦੀ ਇਹ ਹਾਲਤ ਦੇਖ ਕੇ ਗੁਰੂ ਜੀ ਨੂੰ ਕਿਹਾ ਮਹਾਰਾਜ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਾਂਗਾ ਗੁਰੂ ਸਾਹਿਬ ਨੇ ਕਿਹਾ ਤੁਸੀਂ ਸ਼ਾਂਤ ਰਹੋ ਅਸੀਂ ਗਾਮੀ ਸ਼ਕਤੀ ਤੇ ਕਰਾਮਾਤ ਦੇ ਸਖਤ ਵਿਰੁੱਧ ਹਾਂ ਸਾਨੂੰ ਖਿੜੇ ਮੱਥੇ ਆਉਣ ਵਾਲੇ ਹਾਲਾਤਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਇਸ ਵਿੱਚ ਸਾਡੀ ਸਮੁੱਚੀ ਮਨੁੱਖ ਜਾਤੀ ਦਾ ਭਲਾ ਹੈ ਸਮੇ ਦੀ ਮੰਗ ਹੈ ਅਸੀਂ ਕੁਰਬਾਨੀ ਦੇਈਏ ਇਹ ਸਾਰੀ ਗੱਲ ਨੂੰ ਕਿਸੇ ਸਰਕਾਰੀ ਕਰਮਚਾਰੀ ਨੇ ਸੁਣ ਲਿਆ ਹੁਣ ਉਹਨਾਂ ਨੇ ਸੋਚਿਆ ਪਿੰਜਰੇ ਚ ਬੰਦ ਗੁਰੂ ਜੀ ਤੇ ਕੋਈ ਅਸਰ ਨਹੀਂ ਹੋਇਆ ਕਿਉਂ ਨਾ ਇਹਨਾਂ ਦੇ ਸਿੱਖਾਂ ਨੂੰ ਇਹਨਾਂ ਦੇ ਸਾਹਮਣੇ ਤੜਫਾ ਤੜਫਾ ਕੇ ਮਾਰਿਆ ਜਾਵੇ ਉਸੇ ਵੇਲੇ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਹੋ ਗਿਆ ਫੈਸਲਾ ਇਹ ਲਿਆ ਗਿਆ ਕਿ ਸਿਰ ਤਿਆਰਾ ਫੇਰਿਆ ਜਾਵੇਗਾ ਉਹਨਾਂ ਦਾ ਖਿਆਲ ਸੀ ਜਦੋਂ ਆਰਾ ਸਿਰ ਤੇ ਰੱਖਿਆ ਜਾਵੇਗਾ ਤਾਂ ਭਾਈ ਮਤੀ ਦਾਸ ਜੀ ਨੇ ਉਸੇ ਵੇਲੇ ਇਸਲਾਮ ਕਬੂਲ ਕਰ ਲੈਣਾ ਹੈ ਪਰ ਉਹਨਾਂ ਦਾ ਅੰਦਾਜ਼ਾ ਗਲਤ ਨਿਕਲਿਆ ਸ਼ਹਿਰ ਵਿੱਚ ਉਹਨਾਂ ਦੀ ਸਜ਼ਾ ਨੂੰ ਲੈ ਕੇ ਢੰਡੋਰਾ ਫੇਰ ਦਿੱਤਾ ਗਿਆ ਤੇ ਭੀੜ ਇਕੱਠੀ ਹੋ ਗਈ ਭਾਈ ਮਤੀ ਦਾਸ ਨੂੰ ਲੱਕਣਾ ਨਾਲ ਬੰਨ੍ਹ ਦਿੱਤਾ ਗਿਆ ਤੇ ਜਲਾਦ ਆਰਾ ਲੈ ਕੇ ਆ ਗਏ ਤੇ ਭਾਈ ਸਾਹਿਬ ਨੂੰ ਕਿਹਾ ਕਿ ਕਰਾਮਾਤ ਕਰੋ ਤੇ ਸਾਨੂੰ ਸਬਾਹ ਕਰਕੇ ਦਿਖਾਓ ਭਾਈ ਸਾਹਿਬ ਨੇ ਕਿ ਮੇਰੇ ਗੁਰੂ ਜੀ ਦਾ ਹੁਕਮ ਨਹੀਂ ਅਜਿਹਾ ਕਰਨ ਨੂੰ ਨਹੀਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਾਜੀ ਨੇ ਸਰਕਾਰ ਵੱਲੋਂ ਫਿਰ ਦੁਨਿਆਵੀ ਸੁੱਖਾਂ ਦੀ ਪੇਸ਼ਕਸ਼ ਕੀਤੀ ਪਰ ਭਾਈ ਮਤੀਦਾਸ ਨੇ ਕੁਝ ਵੀ ਪ੍ਰਵਾਨ ਨਾ ਕੀਤਾ ਇੱਕ ਵਾਰ ਫਿਰ ਜਲਾਦਾਂ ਨੂੰ ਬੁਲਾ ਲਿਆ ਗਿਆ ਫਿਰ ਉਹਨਾਂ ਨੂੰ ਇਨਾ ਮੰਨਣ ਨੂੰ ਕਿਹਾ ਗਿਆ ਕਿ ਉਹ ਗੁਰੂ ਤੇਗ ਬਹਾਦਰ ਜੀ ਦਾ ਸਾਥ ਛੱਡ ਦੇਣ ਭਾਈ ਮਤੀ ਦਾਸ ਜੀ ਨੇ ਉੱਤਰ ਦਿੱਤਾ ਇਹ ਨਹੀਂ ਹੋ ਸਕਦਾ ਗੁਰੂ ਜੀ ਦਾ ਲੜ ਛੱਡ ਕੇ ਮੈਂ ਜਿਉਂਦਾ ਨਹੀਂ ਰਹਿ ਸਕਦਾ ਫਿਰ ਵੀ ਮੈਂ ਰੁੱਲ ਕੇ ਮਰਨਾ ਹੀ ਹੈ ਇਸ ਤੋਂ ਚੰਗਾ ਹੈ ਤੁਹਾਡੇ ਤਸੀਹੇ ਸਹਿ ਕੇ ਮਰਨਾ ਹੁਣ ਬਹੁਤੀ ਦੇਰ ਨਾ ਲਾਓ ਮੈਨੂੰ ਇਉਂ ਪਿਆ ਜਾਪਦਾ ਹੈ ਕਿ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਆਪਣੀ ਗੱਲ ਵਕੜੀ ਵਿੱਚ ਲੈਣ ਲਈ ਮੈਨੂੰ ਬੁਲਾ ਰਹੇ ਹਨ ਕਾਜੀ ਨੇ ਪੁੱਛਿਆ ਕੋਈ ਅੰਤਿਮ ਇੱਛਾ ਹੈ ਤਾਂ ਦੱਸ ਦਿਓ ਭਾਈ ਸਾਹਿਬ ਨੇ ਕਿਹਾ ਕਿ ਮੇਰੇ ਸਰੀਰ ਉੱਪਰ ਆਰਾ ਰੱਖਣ ਸਮੇ ਮੇਰਾ ਮੂੰਹ ਉਸ ਪਿੰਜਰੇ ਵੱਲ ਕਰ ਦਿਓ ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਸਨ ਇਸੇ ਤਰ੍ਹਾਂ ਕੀਤਾ ਗਿਆ ਭਾਈ ਸਾਹਿਬ ਦਾ ਮੂੰਹ ਗੁਰੂ ਜੀ ਵੱਲ ਕਰਕੇ ਆਰਾ ਚਲਾ ਦਿੱਤਾ ਗਿਆ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਲਿਆ ਆਰਾ ਅੱਗੇ ਤੋਂ ਪਿੱਛੇ ਤੇ ਪਿੱਛੇ ਤੋਂ ਅੱਗੇ ਵੱਲ ਨੂੰ ਚੱਲਣਾ ਸ਼ੁਰੂ ਹੋ ਗਿਆ ਤੇ ਖੂਨ ਦੀਆਂ ਧਾਰਾਂ ਵਗਣੀਆਂ ਸ਼ੁਰੂ ਹੋ ਗਈਆਂ ਉਧਰ ਭਾਈ ਮਤੀ ਦਾਸ ਜੀ ਨੇ ਤੁੱਕ ਪੜੀ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖੇ ਉਜਲੇ ਕੀਤੀ ਛੁੱਟੀ ਨਾਲ ਉਧਰ ਉਹ ਆਰਾ ਆਪਣਾ ਕੰਮ ਮੁਕਾ ਬੈਠਾ ਸੀ ਸਰੀਰ ਦੋ ਫਾੜ ਹੋ ਗਿਆ ਤੇ ਧਰਤੀ ਤੇ ਡਿੱਗ ਪਿਆ ਸੰਗਤ ਜੀ ਇਸ ਤਰ੍ਹਾਂ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਹੋਈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤਾਂ ਕਿ ਅੱਗੇ ਦੀਆਂ ਹੋਰ ਵੀਡੀਓ ਦੇਖਣ ਨੂੰ ਤੁਹਾਨੂੰ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ